ਹਾਂਜੀ, ਵੈਲਕਮ ਬੈਕ ਟੂ ਮਾਈਨਿੰਗ ਬਲੌਗ ਸਾਰਿਆਂ ਨੂੰ। ਜੈਮ ਸਿੰਘ ਜੀ, ਅਤੇ ਨਹਾ ਧੋ ਕੇ ਰੈਡੀ ਹੋ ਕੇ ਆਪਾਂ ਘਰੋਂ ਨਿਕਲ ਪਏ ਹਾਂ। ਅਤੇ ਤੁਸੀਂ ਸੋਚ ਰਹੇ ਹੋ ਰੋਜ਼ ਗੱਡੀ ਚੱਕੀ ਚੱਲ ਪੈਂਦਾ, ਕਿੱਥੇ ਜਾਂਦਾ, ਜਾਣਾ ਤਾਂ ਸਲੋਹ ਨਹੀਂ ਹੁੰਦਾ। ਪਰ ਹਾਲੇ ਤੁਹਾਨੂੰ ਪਤਾ ਥੋੜ੍ਹਾ ਜਿਹਾ ਬਿਜ਼ੀ ਹਾਂ, ਸਲੂਨ ਦਾ ਕੰਮ ਚੱਲ ਰਿਹਾ, ਉਹਦੇ ਕਰਕੇ ਕਦੇ ਬਾਹਰ ਜਾਣਾ ਪੈਂਦਾ ਕੋਈ ਨਾ ਕੋਈ ਸਮਾਨ ਲੈਣ, ਤਾਂ ਕਰਕੇ ਮੈਂ ਜਾਣਾ ਅੱਜ ਪਾਣੀਪਤ। ਕਿਉਂਕਿ ਜਿਹੜਾ ਕੰਮ ਆਪਾਂ ਕਰਨਾਲ ਗਏ ਸੀ ਉਹ ਕਰਨਾਲ ਤੋਂ ਹੋਇਆ ਨਹੀਂ ਸੀ ਉਸ ਦਿਨ, ਟਾਵਰ ਟੂਵਰ ਲੈ ਕੇ ਆਉਣੇ ਸੀ, ਅੱਜ ਪਾਣੀਪਤ ਜਾਵਾਂਗੇ। ਅਤੇ ਆਪਣੇ ਵਾਲੀ ਗੱਡੀ ਤਾਂ ਜਾਣੀ ਨਹੀਂ, ਕਿਉਂਕਿ ਗੱਡੀ ਹੋ ਗਈ ਆਪਣੀ ਪੁਰਾਣੀ, ਉਹਦਾ NCR ਏਰੀਆ ਪੈ ਜਾਂਦਾ ਉੱਧਰ, ਤਾਂ ਕਰਕੇ ਆਪਾਂ ਗੱਡੀ ਚੇਂਜ ਕਰਾਂਗੇ, ਗੱਡੀ ਕਿਸੇ ਹੋਰ ਭਰਾ ਦੀ ਚੱਕਾਂਗੇ, ਉੱਥੇ ਖੜ੍ਹੀ ਕਰਕੇ ਫਿਰ ਚੱਲਦੇ ਹਾਂ। ਅਤੇ ਨਾਲੇ ਜਾਏਗਾ ਆਪਣਾ ਰਮੇਸ਼ ਭਰਾ, ਕਿਉਂਕਿ ਦੋ ਬੰਦੇ ਠੀਕ ਹੁੰਦੇ ਨੇ, ਜਾਣ ਨੂੰ ਮੈਂ ਇਕੱਲਾ ਵੀ ਜਾ ਸਕਦਾ, ਪਰ ਇੱਕ ਤਾਂ ਇਕੱਲਾ ਬੰਦਾ ਵੈਸੇ ਬੋਰ ਹੋ ਜਾਂਦਾ ਗੱਡੀ 'ਚ, ਦੂਜਾ ਫਿਰ ਦੋਵਾਂ ਦੀ ਸਲਾਹ ਦੋਵਾਂ ਦੀ ਹੁੰਦੀ ਹੈ, ਕੁਛ ਨਾ ਕੁਛ ਸਲਾਹ ਦੇ ਦਿੰਦਾ, ਰਾਏ ਦੇ ਦਿੰਦਾ ਬੰਦਾ ਕਿ ਆਹ ਚੀਜ਼ ਠੀਕ ਹੈ ਕਿ ਨਹੀਂ, ਕੁਛ ਹੋਰ ਵੀ ਸਮਾਨ ਲੈਣਾ ਪੈ ਸਕਦਾ ਉੱਥੇ। ਬਾਕੀ ਪਹੁੰਚਦੇ ਹਾਂ ਉੱਥੇ, ਦੇਖਦੇ ਹਾਂ ਜਾ ਕੇ, ਪਹਿਲਾਂ ਗੱਡੀ ਬਦਲ ਲਈ ਇੱਕ ਵਾਰੀ। ਲਓ ਜੀ, ਗੱਡੀ ਆਪਾਂ ਚੇਂਜ ਕਰ ਲਈ ਹੈ ਅਤੇ ਚੱਲਦੇ ਹਾਂ ਫਿਰ, ਹੁਣ ਸਿੱਧਾ ਕੁਰਸ਼ੇਤਰ ਰੁਕਾਂਗੇ ਰਮੇਸ਼ ਕੋਲ। ਪਹੁੰਚ ਗਿਆ ਜੀ ਰਮੇਸ਼ ਦੇ ਪਿੰਡ ਦੇ ਕੋਲ, ਅਤੇ ਦੇਖਦੇ ਆਇਆ ਕਿ ਨਹੀਂ ਆਇਆ, ਫੋਨ ਤਾਂ ਉਹਨੂੰ ਕਰਤਾ ਸੀ ਪਹਿਲਾਂ ਕਿ ਬਾਹਰ ਆ ਜਾ, ਅਤੇ ਵੈਸੇ ਕਹਿੰਦਾ 8 ਵਜੇ ਉੱਠ ਜਾਂਦਾ, ਮੈਂ ਦੁਕਾਨ 'ਤੇ ਚਲਾ ਜਾ 8 ਵਜੇ ਉੱਠ ਕੇ, ਅਤੇ ਮੈਂ ਉਹਨੂੰ ਫੋਨ ਕੀਤਾ 9:45, ਉਦੋਂ ਵੀ ਕਹਿ ਰਿਹਾ ਸੀ ਹੁਣੇ ਉੱਠਿਆ, ਦੱਸ ਕਿੰਨਾ ਝੂਠ ਬੋਲਦਾ, ਮੈਂ ਪੁੱਛਦਾ ਉਹਨੂੰ ਆਉਂਦਾ ਜਦ। ਅਤੇ ਪਹੁੰਚ ਕੇ ਥੋੜ੍ਹਾ ਜਿਹਾ ਦੇਖਦੇ ਹਾਂ ਕਿ ਇੱਥੇ ਰੋਡ 'ਤੇ ਹੀ ਹਾਂ, ਵੈਸੇ ਮੈਂ ਦਿਖ ਤਾਂ ਰਿਹਾ ਨਹੀਂ ਕਿਤੇ, ਜੋ ਖੜ੍ਹਾ ਦੇਖੋ ਦਿਖ ਗਿਆ, ਦਿਖ ਵੀ ਨਹੀਂ ਰਿਹਾ ਰੋਡ ਪਕੜਿਆ ਦੇ। ਮੋਟਰਸਾਈਕਲ ਨਾ ਅਭੀ ਐਸੀ ਖੜੀ ਹੈ, ਇਸੇ ਚੱਲ ਰਹੇ 16 ਕੇ ਸੈਲਰ ਫੋਨ ਬਹੁਤ ਆ ਮੈਂ ਇਸ ਕੋ ਚੱਲ ਇੱਕ ਕੰਮ ਕਰੀਏ ਵਿਸ਼ਾਲ ਤੇ ਬੋਲ ਕੇ ਦੇ ਅਗਰ ਕੋਈ ਜਗਾੜ ਬਣ ਜਾ ਕਿਸੇ ਦੀ ਬਾਈਕ ਹੈ ਜੀ ਇਹਦਾ ਹੈ ਇਹ ਤੋਂ ਘਰ ਤੇ ਖੜੀ ਪੜੇਗੀ ਉਹ ਨਹੀਂ ਗਾਉਂ ਦਿਖ ਨਹੀਂ ਰਿਹਾ ਉੱਥੇ ਪੇਡੇ ਪੁੱਡੇ ਖੜੇ ਨੇ ਉਹ ਅੱਧਰ ਨੂੰ ਅੰਦਰ ਨੂੰ ਜਾ ਕੇ ਗਲੀ ਮੁੜਦੀ ਹੈ 2 ਘੰਟੇ ਵਾਪਸ ਆਪਾਂ ਚੱਲਦੇ ਆ ਫਿਰ ਹਾਂ ਠੀਕ ਹੈ ਮਸ਼ੀਨ ਨਾ ਦੇਖ ਲਈਏ ਲਓ ਜੀ ਹੁਣ ਆਪਾਂ ਸਿੱਧੇ ਪਾਣੀਪਤੀ ਰੁਕਣਾ ਜਾ ਕੇ ਕਿਤੇ ਨਹੀਂ ਬ੍ਰੇਕ ਮਾਰਨਾ ਆ ਗਿਆ ਭਰਾ ਵੀ ਹਾਂ ਬਈ ਸਿੱਧਾ ਹੀ ਚੱਲੀਏ ਫਿਰ ਕੇ ਰੁਕਣਾ ਕਿਤੇ ਡਬਲ ਪੈਸੇ ਦੇਣੇ ਪੈ ਗਏ ਤਾਂ ਸਾਨੂੰ ਜਿਹੜਾ ਤੇਲ ਬਚਣਾ ਉਹ ਵੀ ਮਹਿੰਗਾ ਪੈ ਜਾਣਾ ਫਿਰ ਇਸ ਕਰਕੇ ਆਪਾਂ ਕੱਟ ਮਾਰ ਕੇ ਪਿੰਡਾਂ ਦੇ ਵਿੱਚ ਨੂੰ ਨਿਕਲ ਜਾਂਗੇ ਟੋਲ ਟੈਕਸ ਬਚਾ ਰਹੇ ਹਾਂ ਟੋਲ ਟੈਕਸ ਰੋਡ ਤੇ ਰਹਿ ਗਿਆ ਤਾਂ ਆਪਾਂ ਪਿੰਡ ਦੇ ਵਿੱਚੋਂ ਨਿਕਲ ਰਹੇ ਹਾਂ ਕਿਤੋਂ ਟੁੱਟੇ ਜੇ ਲਿਖਾਉਣਾ ਪੈਂਦਾ ਇੱਕ ਉੱਧਰੋਂ ਨਿਕਲ ਕੇ ਫਿਰ ਚੜ੍ਹ ਜਾਵਾਂਗੇ ਮੇਨ ਹਾਈਵੇ 'ਤੇ ਪਾਣੀਪਤ ਥੋੜ੍ਹੀ ਦੂਰ ਹੀ ਰਹਿ ਗਿਆ 20 ਕਿਲੋਮੀਟਰ ਪਾਣੀਪਤ ਹੋਣਾ ਮੇਰੇ ਹਿਸਾਬ ਨਾਲ ਟੋਲ ਟੈਕਸ ਤਾਂ ਬਚਾ ਰਹੇ ਹਾਂ ਜੀ ਪਰ ਰੋਡ ਦਾ ਬੜਾ ਬੁਰਾ ਹਾਲ ਹੈ ਪਤਾ ਨਹੀਂ ਜਾਣ ਬੁੱਝ ਹੀ ਨਹੀਂ ਬਣਾਉਂਦੇ ਕਿ ਲੋਕ ਜਾਣਾ ਬੰਦ ਕਰ ਦੇਣ ਪਰ ਲੋਕ ਵੀ ਟੀਟ ਹੁੰਦੇ ਨੇ ਰੁਕਦੇ ਨਹੀਂ ਸਾਡੇ ਵਾਂਗੂ ਚਲੇ ਜਾਂਦੇ ਨੇ ਆਹ ਦੇਖੀਆਂ ਬੈਠੇ ਭਰਾ ਇੱਥੇ ਮੁੱਛਾਂ 'ਤੇ ਹੱਥ ਫੇਰੀ ਜਾਂਦਾ ਜਿਹੜੇ 4 ਵਾਲ ਨੇ ਉਹ ਵੀ ਪੱਟ ਲੈਣੇ ਇਹਨੇ ਆਪਣੇ ਅਤੇ ਪਾਣੀ ਹੀ ਪਾਣੀ ਖੰਡੇ ਹੀ ਖੰਡੇ ਬਾਕੀ ਇਹ ਹੈ ਕਿ ਚਲੋ 200-250 ਰੁਪਏ ਵੱਧ ਜਾਂਦਾ ਟੋਲ ਟੈਕਸ ਦਾ ਇੱਧਰੋਂ ਹੋਣਾ ਮੇਰੇ ਹਿਸਾਬ ਨਾਲ 3-4 ਕਿਲੋਮੀਟਰ ਦਾ ਰਸਤਾ ਹੋਣਾ ਹੈ ਪਿੰਡ ਦੇ ਵਿੱਚੋਂ ਨਿਕਲ ਕੇ ਆਉਣਾ ਹੈ ਬਈ
ਕਿਆ ਚੱਕਰ, ਕਿਸ ਤਰ੍ਹਾਂ ਬੈਠਿਆ? ਹੈਲੋ, ਕਿਸ ਤਰ੍ਹਾਂ ਬੈਠਿਆ? ਲੈ ਵੀ ਸ਼ੋਪਿੰਗ ਹੋ ਗਈ ਪੂਰੀ, ਦੇਖੋ ਗੱਡੀ ਭਰੀ ਪਈ ਆ ਪਿੱਛੇ, ਕੁਰਸੀਆਂ ਕਰਸੀਆਂ ਟਾਵਲ, ਪਤਾ ਨੀ ਕੀ ਸਮਾਨ ਲਿਆ। ਤੇ ਹੁਣ ਆਪਾਂ ਰੋਟੀ ਰਾਟੀ ਖਾ ਲਈਏ, ਫਿਰ ਪਹੁੰਚਦੇ ਹਾਂ ਸਲੂਨ ਤੇ ਸਿੱਧਾ, ਕਿਉਂਕਿ 2 ਵੱਜ ਗਏ ਨੇ, ਭੁੱਖ ਲੱਗ ਗਈ। ਮੌਸਮ ਹੋ ਗਿਆ ਜੀ ਸੁਹਾਣਾ, ਤੇ ਆਪਾਂ ਹਲੇ ਪਾਣੀ ਪੱਤ ਤੋਂ ਨਿਕਲੇ ਹੀ ਆ, ਤੇ ਬਾਰਿਸ਼ ਬਹੁਤ ਵਧੀਆ ਹੋ ਰਹੀ ਹੈ। ਕੱਲ ਵੀ ਸਾਰਾ ਦਿਨ ਬਾਰਿਸ਼ ਸੀ, ਅੱਜ ਵੀ ਬਾਰਿਸ਼ ਹੋਈ, ਬਾਰਿਸ਼ ਹੀ ਰਹਾ ਨਜ਼ਾਰੇ ਨੇ। ਦੁਕਾਨ ਤੇ ਹੀ ਆ ਤੇ ਆਪਾਂ ਰੋਟੀ ਖਾਵਾਂਗੇ ਪਾਣੀ ਪੱਤ ਤੋਂ ਬਾਹਰ ਨਿਕਲ ਕੇ, ਜੇ ਇੱਥੇ ਜਾਮ ਲੱਗਿਆ ਫਿਰ ਪੰਗ ਪੈ ਜਾਏਗਾ, ਹੋਰ ਤੰਗ ਹੋਵਾਂਗੇ ਜਾਮ। ਪਹਿਲਾਂ ਬਾਹਰ ਨਿਕਲ ਜਾਈਏ ਇੱਕ ਵਾਰੀ, ਫਿਰ ਖਾਵਾਂਗੇ ਰੋਟੀ ਪਾਣੀ। ਲਓ ਜੀ ਬਾਰਿਸ਼ ਦੇ ਨਜ਼ਾਰੇ, ਪਾਣੀ ਪਾਣੀ ਹੋ ਗਿਆ, ਪਾਣੀ ਪੱਤ ਚ ਪਾਣੀ ਹੋ ਗਿਆ, ਪਾਣੀ ਪੱਤ ਚ ਪਾਣੀ ਹੋ ਗਿਆ, ਪਾਣੀ ਪੱਤ ਚ ਪਾਣੀ ਹੋ ਗਿਆ। ਰੋਟੀ ਖਾਵਾਂਗੇ ਹੁਣ ਜਾ ਕੇ ਕਿਤੇ ਠੰਡੀ, ਨਾਲੇ ਚਾਹ ਪੀਵਾਂਗੇ ਗਰਮਾ ਗਰਮ, ਪਰੌਂਠੇ ਖਾਵਾਂਗੇ ਗਰਮਾ ਗਰਮ। ਯਹਾਂ ਪੇ ਬਰਸਾਤ ਕਾ ਮਜ਼ਾ ਲੇਤੇ ਹੋਏ ਸੈਂਡ ਲਾਂਬਾ ਜੋ ਹਾਈ ਗਾਇਸ ਹਰ ਟਾਈਮ ਵੀਡੀਓ ਬਣਾਤਾ ਹੈ। ਹਾਂਜੀ ਮੌਸਮ ਬੜਾ ਸੁਹਾਣਾ ਹੋ ਗਿਆ, ਤੇ ਆਪਾਂ ਰੁਕੇ ਆ ਰੋਟੀ ਖਾਣ ਵਾਸਤੇ ਰੁਕੇ ਆ। ਆਪਾਂ ਢਾਬੇ ਤੇ ਰੋਟ ਲਾਈ ਨਹੀਂ ਅੱਜ, ਕਿਉਂਕਿ ਇਹ ਜਿਹੜੇ ਵੈਨ ਵੂਨ ਜਿਹੜੇ ਹੁੰਦੇ ਨੇ ਭਰਾ, ਇਹ ਵਧੀਆ ਰੋਟੀ ਬਣਾਉਂਦੇ ਨੇ, ਤੁਹਾਨੂੰ ਦਿਖਾ ਦਿੰਦਾ। ਉਹ ਦੇਖੋ ਜੀ ਸ਼ੀਸ਼ਾ ਦਿਖ ਰਿਹਾ ਬਾਹਰ, ਇਹ ਵੈਨ ਖੜੀ ਹੈ ਬਾਹਰ, ਇੱਥੇ ਆਪਾਂ ਰੋਟੀ ਖਾਵਾਂਗੇ ਰੋਡ ਦੇ ਉੱਤੇ ਹੀ ਬਿਲਕੁਲ। ਆਹ ਦੇਖੋ ਗੱਡੀ 'ਚ ਬਹਿ ਕੇ ਖਾ ਲਾਂਗੇ, ਢਾਬੇ 'ਤੇ ਨਹੀਂ ਲਾਈ, ਕਿਉਂਕਿ ਫਿਰ ਢਾਬੇ ਤੁਹਾਨੂੰ ਪਤਾ ਪੈਸੇ ਵੀ ਜ਼ਿਆਦਾ ਲੱਗਦੇ ਨੇ, ਅਤੇ ਮੈਂ ਕਿਹਾ ਇੱਥੇ ਹੀ ਖਾ ਲਓ, ਨਾਲੇ ਡਾਈਜੈਸਟ ਹੋ ਜਾਂਦੀ ਹੈ ਘਰ ਦੀ ਰੋਟੀ ਹੁੰਦੀ ਹੈ। ਇਹ ਬੰਦਾ ਪਰੇਸ਼ਾਨ ਹੈ, ਇਹਦਾ ਹੱਲ ਕਰੋ। ਲੈ ਬਾਰਿਸ਼ ਫਿਰ ਆ ਗਈ ਬਾਈ, ਦੁਬਾਰਾ ਬਾਰਿਸ਼ ਆ ਗਈ ਦੁਬਾਰਾ, ਤੇ ਰੋਟੀ ਖਾ ਲਈ ਮੌਜੀ ਕਰਦੀ ਮੌਜੀ। ਮੈਂ ਸੋਚ ਰਿਹਾ ਯਾਰ ਪਰੌਂਠੇ ਪਰੌਂਠੇ ਖਾ ਲਾਂਗੇ, ਪਰ ਤੂੰ ਖਾਣੇ ਦਿੱਤੇ, ਕਹਿੰਦੇ ਰੋਟੀ ਖਾਣੀ ਹੈ, ਪਰੌਂਠੇ ਵੀ ਖਾ ਲਾਂਗੇ ਮਾਡਲ। ਤੇ ਆ ਦੇਖੋ ਪਿੱਛੇ ਕੁਰਸੀਆਂ ਪਈਆਂ ਆਪਣੇ, ਸਮਾਨ ਪਿਆ ਸਾਰਾ। ਆ ਗਈ ਜੀ ਰੋਟੀ, ਆ ਦੇਖੋ ਖਾਣੇ ਦੀ ਕਦੇ ਵੀ ਫੋਟੋ ਨਹੀਂ ਵਧੀਆ ਬਣਾਈ ਹੋਈ ਹੈ। ਆ ਵੇਖੋ ਇੱਧਰ ਲੱਗਿਆ ਭਰਾ, ਨਜ਼ਾਰੇ ਲੈ ਲੈ ਕੇ ਖਾ ਰਿਹਾ। ਦੇਖ ਹੋਰ ਕੁਛ ਚਾਹੀਦਾ ਭਰਾ, ਸਲਾਦ ਸਲੂਦ ਸਾਰੀ ਫੈਸਿਲਿਟੀ ਦਿੱਤੀ ਹੋਇਆ ਬੰਦੇ ਨੇ, ਪਿਆਜ ਪਿਊਜ ਵਧੀਆ ਬਣਾਈ ਹੈ ਰੋਟੀ, ਬਿਲਕੁਲ ਸਾਦੀ, ਇੱਕ ਨੰਬਰ ਇੱਕ ਨੰਬਰ ਨਜ਼ਾਰੇ ਦਾ ਖਾਣਾ। ਟੋਲ ਗੇਟ 1 ਕਿਲੋਮੀਟਰ, ਟੋਲ ਗੇਟ ਤੋਂ ਅੱਗੇ ਕ੍ਰੋਸ ਕਰਕੇ, ਇਹ ਕਰਨਾਲਾ ਟੋਲ ਗੇਟ ਹੈ, ਕਰਨਾਲਾ ਵਾਲਾ ਟੋਲ ਗੇਟ ਹੈ, ਇਸ ਤੋਂ 1 ਕਿਲੋਮੀਟਰ ਪਹਿਲਾਂ ਹੀ ਪਾਣੀਪਤ ਤੋਂ ਆਉਂਦੇ, ਵਧੀਆ ਚੀਜ਼ ਹੈ। ਰਮੇਸ਼ ਨੂੰ ਛੱਡਦਾ ਜੀ ਉਹਦੀ ਦੁਕਾਨ 'ਤੇ ਰਮੇਸ਼ ਨੂੰ, ਅਤੇ ਆਪਾਂ ਪਹੁੰਚਦੇ ਆਪਣੇ ਸਲੂਨ 'ਤੇ, ਦੁਕਾਨ 'ਤੇ ਸਮਾਨ ਲੈ ਕੇ ਫਿਰ ਭਰਾ ਦੀ ਗੱਡੀ ਛੱਡ ਕੇ ਆਉਣੀ ਹੈ ਅਤੇ ਆਪਣੀ ਗੱਡੀ ਚੱਕਣੀ ਹੈ ਉੱਥੋਂ। ਕੰਮ ਬੜੇ, ਮੌਸਮ ਵਧੀਆ ਹੋਇਆ ਪਰ ਅੱਜ ਬਰਸਾਤ ਇੱਧਰ ਨਹੀਂ ਹੈਗੀ, ਫਰੇਤਰ ਵਾਲੀ ਸਾਈਡ ਪਾਣੀਪਤ ਬੁਰੀ ਬਾਰਿਸ਼ ਹੈ, ਇੱਧਰ ਸੁੱਕਾ ਪਿਆ ਹੈ, ਬਾਕੀ ਮੌਸਮ ਵਧੀਆ ਹੋਇਆ, ਬੱਦਲ ਹੋਇਆ, ਠੰਡੀ ਹਵਾ ਚੱਲ ਰਹੀ ਹੈ। ਪਹੁੰਚਦੇ ਫਿਰ ਦੇਖਦੇ ਜਾ ਕੇ ਕਿੰਨਾ ਕੰਮ ਰਹਿ ਗਿਆ। ਹੁਣ ਪਹੁੰਚ ਗਏ ਜੀ ਵਾਪਸੀ ਸਲੂਨ 'ਤੇ, ਅਤੇ ਚੱਲਿਆ ਕੰਮ ਭਰਾ, ਆ ਲੱਗਿਆ ਹੋਇਆ ਦੇਖ ਇੱਧਰ ਇਲੈਕਟ੍ਰੀਸ਼ਨ, ਅਤੇ ਆਲਮੋਸਟ ਹੋ ਹੀ ਗਿਆ, ਲਾਤੇ ਕਾਊਂਟਰ ਕੂੰਟਰ। ਆਹ ਵੇਖੋ ਹਾਂਜੀ ਪਹੁੰਚ ਗਏ ਘਰ, ਅਤੇ ਕੰਮ ਕੁੰਮ ਨਿਬੇੜਵਾ ਆਏ ਹਾਂ ਉੱਥੇ। ਹਾਂਜੀ ਹਲੇ ਵੀ ਰਹਿ ਗਿਆ ਕੰਮ, ਰਹਿ ਗਿਆ ਵਿੱਚ, ਬੜਾ ਔਖਾ ਹੈ ਮਿਸਤਰੀਆਂ ਨੂੰ ਕੱਢਣਾ, ਤੇ ਚੱਲਦੇ ਹੁਣ ਫਿਰ ਗਾੜੀ ਕੀ ਹੈ ਕਿਆ ਗੱਦੀਆਂ ਓਏ।